ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਜਿਹੜੇ ਹੈਗੇ ਵੱਡੇ ਵੱਡੇ ਦਾਅਵੇ ਕੀਤੇ ਗਏ ਹੈਗੇ ਆ। ਇੱਥੋਂ ਦੇ MLA ਵਿਧਾਇਕ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਉਹਨਾਂ ਵੱਲੋਂ ਕਾਫੀ ਸ਼ਲਾਘਾਯੋਗ ਕੰਮ ਕੀਤੇ ਗਏ। ਕਈ ਥਾਣਿਆਂ ਉੱਤੇ ਰੇਡ ਕੀਤੀ ਗਈ, ਕਈ ਫੈਕਟਰੀਆਂ ਉੱਪਰ ਰੇਡ ਗਈ। ਜਿੱਦਾਂ ਆਪਾਂ ਹਲਕਾ ਡੇਰਾਬੱਸੀ ਦੀ ਗੱਲ ਕਰੀਏ, ਇੱਥੇ ਜਿਹੜੇ ਵਿਧਾਇਕ ਹੈਗੇ ਕੁਲਜੀਤ ਸਿੰਘ ਰੰਧਾਵਾ, ਇਹਨਾਂ ਵੱਲੋਂ ਨੈਕਟਰ ਫੈਕਟਰੀ ਦੇ ਉੱਤੇ ਜਿਹੜੀ ਰੇਡ ਕੀਤੀ ਗਈ ਸੀ, ਬਹੁਤ ਅੱਛਾ ਉਪਰਾਲਾ ਸੀਗਾ। ਔਰ ਉੱਥੇ ਦੇ ਸੈਂਪਲ ਭਰੇ ਗਏ, ਜਿਸ ਉਪਰੰਤ ਜਿਹੜੀ ਨੈਕਟਰ ਫੈਕਟਰੀ ਨੂੰ 5 ਲੱਖ ਰੁਪਏ ਜਿਹੜਾ ਜੁਰਮਾਨਾ ਵੀ ਹੋਣ ਦੇ ਜਿਹੜੇ ਸਮਾਚਾਰ ਪ੍ਰਾਪਤ ਹੋਏ ਹੈਗੇ ਆ। ਇਸ ਚੀਜ਼ ਦੀ ਕਾਫੀ ਸ਼ਲਾਘਾ ਕੀਤੀ ਗਈ ਹਲਕਾ ਡੇਰਾਬੱਸੀ ਦੀ। ਔਰ ਆਮ ਤੌਰ 'ਤੇ ਜਿਹੜੇ ਹਲਕਾ ਵਿਧਾਇਕ ਹੈਗੇ ਕੁਲਜੀਤ ਸਿੰਘ ਰੰਧਾਵਾ ਇਹ ਗੱਲ ਕਰਦੇ ਜਿਹੜੇ ਸੁਣੇ ਜਾਂਦੇ ਹੈਗੇ ਆ ਕਿ ਜੋ ਹਲਕਾ ਡੇਰਾਬੱਸੀ ਦਾ ਪਾਣੀ ਜੋ ਕਿਸੇ ਵੀ ਕੀਮਤ 'ਤੇ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ, ਪੀਣ ਯੋਗ ਪਾਣੀ ਨੂੰ ਜਿਹੜਾ ਗੰਧਲਾ ਕੀਤਾ ਜਾ ਰਿਹਾ, ਜਿਹੜਾ ਕੈਮੀਕਲ ਵਿੱਚ ਮਿਲਾਇਆ ਜਾ ਰਿਹਾ, ਉਹਨਾਂ ਦੇ ਖਿਲਾਫ਼ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ। ਪਰ ਆਪਾਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਹਲਕਾ ਡੇਰਾਬੱਸੀ ਦੀ ਜੋ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਆਦਤ ਪੈ ਚੁੱਕੀ ਹੈਗੀ ਆ ਕਿ ਜੋ ਉਹਨਾਂ ਨੇ ਕਸਮ ਖਾਧੀ ਹੋਈ ਕਿ ਜਿਹੜਾ ਪਾਣੀ ਨੂੰ ਗੰਦਾ ਕਰਕੇ ਛੱਡਣਗੇ ਔਰ ਇਸ ਹਲਕੇ ਨੂੰ ਜਿਹੜਾ ਬਰਬਾਦ ਕਰਕੇ ਛੱਡਣਗੇ। ਅਸੀਂ ਦੇਖ ਸਕਦੇ ਹਾਂ ਕਿ ਇਹ ਜੋ ਫੈਕਟਰੀਆਂ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ, ਔਰ ਇਹ ਫੈਕਟਰੀਆਂ ਜਿਹੜੀ ਵਰਕਰ ਹੈਗੇ ਇੱਥੇ ਦੇ ਜਾਂ ਜਿਹੜੇ ਇੱਥੇ ਦੇ ਜਿਹੜੇ ਪ੍ਰਬੰਧਕ ਹੈਗੇ ਉਹਨਾਂ ਵੱਲੋਂ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਜਾਂ ਫੈਕਟਰੀ ਦੀ ਜਿਹੜੀ ਰਹਿੰਦ ਖੂੰਹਦ ਹੈਗੀ ਆ ਉਹ ਸ਼ਰੇਆਮ ਜਿਹੜੀ ਹੈਗੀ ਸੜਕਾਂ ਦੇ ਕਿਨਾਰੇ ਸੁੱਟੀ ਜਾ ਰਹੀ ਹੈਗੀ, ਔਰ ਇੱਥੋਂ ਦੇ ਪਾਣੀ ਨੂੰ, ਉੱਥੋਂ ਦਾ ਜਿਹੜਾ ਵਾਤਾਵਰਨ ਹੈਗਾ ਹਲਕਾ ਡੇਰਾਬੱਸੀ ਦਾ, ਉਸ ਨੂੰ ਬੁਰੀ ਤਰ੍ਹਾਂ ਨਸ਼ਟ ਕੀਤਾ ਜਾ ਰਿਹਾ ਹੈਗਾ। ਆਪਾਂ ਇਸ ਸੰਬੰਧੀ ਜਿਹੜੇ ਹਲਕਾ ਵਿਧਾਇਕ ਹੈਗੇ ਕੁਲਜੀਤ ਸਿੰਘ ਰੰਧਾਵਾ ਉਹਨਾਂ ਨੂੰ ਆਪਾਂ ਰਿਕੁਐਸਟ ਕਰਨੀ ਚਾਹੁੰਦੇ ਹਾਂ ਕਿ ਇਸ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ, ਜੋ ਹਲਕਾ ਡੇਰਾਬੱਸੀ ਦੀਆਂ ਫੈਕਟਰੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਦੀ ਸਮੀਖਿਆ ਕੀਤੀ ਜਾਵੇ, ਇੱਕ ਕੱਢਿਓ ਜਿਹੜਾ ਲਾ ਕੇ ਇਹਨਾਂ ਸਾਰਿਆਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਜਾਵੇ, ਤਾਂ ਜੋ ਇਹਨਾਂ ਦਾ ਜੋ ਪਾਣੀ ਨੂੰ ਬਰਬਾਦ ਕਰਨ ਦੀ ਜਿਹੜੇ ਇਹਨਾਂ ਦੀ ਹੈਗੀ ਪੋਲਸੀ ਹੈਗੀ ਆ, ਜਾਂ ਜਿਹੜੇ ਜਿਸ ਤਰੀਕੇ ਨਾਲ ਜਿਹੜਾ ਵੇਸਟ ਮਟੀਰੀਅਲ ਹੈ, ਜਿਹੜਾ ਆਪਣਾ ਵੇਸਟ ਪਾਣੀ ਜਿਹੜਾ ਧਰਤੀ ਦੇ ਹੇਠਾਂ ਪਹੁੰਚਾ ਰਹੇ ਜਾਂ ਸੜਕਾਂ ਦੇ ਕਿਨਾਰੇ ਸੁੱਟ ਰਹੇ ਹੈਗੇ, ਉਹਨਾਂ ਦੇ ਉੱਤੇ ਲਗਾਮ ਕੱਸੀ ਜਾਵੇ, ਤਾਂ ਜੋ ਆਪਣੇ ਜੋ ਹਲਕਾ ਡੇਰਾਬੱਸੀ ਅੰਦਰ ਜਿੱਦਾਂ ਤੁਸੀਂ ਦਾਅਵਾ ਕਰਦੇ ਹੋ ਕਿ ਵੱਡੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਜਿਹੜੇ ਸਾਹਮਣੇ ਆ ਰਹੇ ਆ, ਉਹਨਾਂ ਦੇ ਉੱਤੇ ਕੁਝ ਲਗਾਮ ਲੱਗ ਸਕੇ। ਔਰ ਜੋ ਆਮ ਆਦਮੀ ਪਾਰਟੀ ਦਾ ਟੀਚਾ ਹੈਗਾ, ਜੋ ਆਮ ਆਦਮੀ ਪਾਰਟੀ ਦਾ ਸਿਧਾਂਤ ਹੈਗਾ, ਜੋ ਆਮ ਤੁਸੀਂ ਜਿਹੜੇ ਗੱਲਾਂ ਕਰਦੇ ਕੁਲਜੀਤ ਸਿੰਘ ਰੰਧਾਵਾ ਜੀ ਦੇ ਜਿਹੜੇ ਦਾਅਵੇ ਹੈਗੇ ਆ ਉਹਨਾਂ ਨੂੰ ਬੂਰ ਪੈ ਸਕੇ। ਜਿੱਦਾਂ ਆਪਾਂ ਦੇਖਿਆ ਕੁਲਜੀਤ ਸਿੰਘ ਰੰਧਾਵਾ ਜੀ ਹਮੇਸ਼ਾ ਇਹ ਗੱਲ ਕਹਿੰਦੇ ਕਿ ਹਲਕਾ ਡੇਰਾਬੱਸੀ ਦਾ ਪਾਣੀ ਨੂੰ ਕਿਸੇ ਵੀ ਕੀਮਤ 'ਤੇ ਜਿਹੜਾ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ, ਔਰ ਜੋ ਇਸ ਨੂੰ ਪਾਣੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀ ਕਰੇਗਾ ਉਸ ਦੇ ਖਿਲਾਫ਼ ਜਿਹੜੀ ਸਖਤ ਕਾਰਵਾਈ ਕਰੇਗੀ। ਆਪਾਂ ਇਸ ਸੰਬੰਧੀ ਅਪੀਲ ਕਰਦੇ ਹਾਂ ਹਲਕਾ ਵਿਧਾਇਕ ਜੀ ਨੂੰ ਕਿ ਇਸ ਸੰਬੰਧੀ ਜ਼ਰੂਰ ਆਪਣਾ ਸਪਸ਼ਟੀਕਰਨ ਦੇਣ, ਜ਼ਰੂਰ ਆਪਣਾ ਜਿਹੜਾ ਐਕਸ਼ਨ ਲੈਣ।